ਪੰਜਾਬੀ ਮੇਰੀ ਸ਼ਾਨ ਪੰਜਾਬੀ ਜਨਮ ਲਿਆ ਮੈਂ ਵਿੱਚ ਪੰਜਾਬੀ ਦੇ ਇਹਨੂੰ ਬੋਲਣ ਲੱਗਿਆ ਜਵਾਨ ਚੋਂ ਰਸ ਡੁੱਲੇ ਸੱਚ ਕਿਹਾ ਮੈਂ ਵਿੱਚ ਪੰਜਾਬੀ ਦੇ ਉਹ ਪੈਂਤੀ ਅੱਖਰਾਂ ਦੇ ਵਿੱਚੋਂ ਡੁੱਲਦਾ ਪਰ ਪਰ ਡੁੱਲਦਾ ਪਿਆ ਜੀ ਗੁਰੂਆਂ ਨੇ ਬਾਣੀ ਇੱਥ ਲਿਖਤੀ ਜਿਹਦਾ ਕਰਾਂ ਦਿਲੋਂ ਸਤਿਕਾਰ ਜੀ ਆ ਬੱਚਿਆਂ ਨੂੰ ਦੱਸੋ ਸ਼ੁੱਧ ਬੋਲ ਕੇ ਬੱਚਿਆਂ ਨੂੰ ਦੱਸੋ ਸ਼ੁੱਧ ਬੋਲ ਕੇ ਕੋਈ ਹੋਰ ਨਾ ਕੋਈ ਨਾਮ ਸਕਿਓ ਮਿੱਠੀ ਬੋਲੀ ਰੰਗ ਲੈ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਮਿੱਠੀ ਬੋਲੀ ਰੰਗ ਲੈ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਮਿੱਠੀ ਬੋਲੀ ਰੰਗ ਲੈ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗ ਰਿਹਾ ਜੀ ਜੀ ਪੰਜਾਬੀ ਦੀ ਸਾਰੀ ਟੀਮ ਨੂੰ ਮਨਜੀਤ ਭਾਅ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਬਾਕੀ ਸਾਰੀ ਜਿੰਨੀ ਵੀ ਇਹਨਾਂ ਦੀ ਪ੍ਰਬੰਧਕ ਕਮੇਟੀ ਹੈ ਸਾਰੀ ਕਿਉਂਕਿ ਬਹੁਤ ਇਕੱਲਾ ਬੰਦਾ ਨਹੀਂ ਹੁੰਦਾ ਸਾਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ ਜੀ ਔਰ ਲੋਹੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਇੱਕ ਨਵਾਂ ਪਲੈਟਫਾਰਮ ਹੈ ਸਾਰਿਆਂ ਲਈ ਕਿਉਂਕਿ ਬਹੁਤ ਜਿਹੜੇ ਸ਼ੋਜ਼ ਹੋ ਰਹੇ ਨੇ ਇੱਕ ਦਾ ਹਿੱਸਾ ਮੈਂ ਵੀ ਹਾਂ ਸਾਰੇ ਗਾਵਾਂ ਪਾਲ ਪੰਜਾਬੀ ਜਿਹੜਾ ਸ਼ੁਰੂ ਕੀਤਾ ਉਹਦੇ ਵਿੱਚ ਵੀ ਬਹੁਤ ਅੱਛਾ ਅੱਛਾ ਟੈਲੈਂਟ ਆ ਰਿਹਾ ਮੇਰਾ ਵੀ ਪਹਿਲਾ ਐਕਸਪੀਰੀਅੰਸ ਹੈ ਮੈਂ ਕਦੇ ਜੱਜ ਬਣਿਆ ਨਹੀਂ ਕਿਸੇ ਰਿਐਲਿਟੀ ਸ਼ੋਜ਼ ਦੇ ਵਿੱਚ ਸੋ ਆਮ ਵੈਰੀ ਐਕਸਾਈਟਡ ਮੈਨੂੰ ਬੜਾ ਚੰਗਾ ਲੱਗ ਰਿਹਾ ਵੀ ਇੰਨਾ ਟੈਲੈਂਟ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚ ਹੈ ਸੋ ਇਹਨਾਂ ਨੇ ਬਹੁਤ ਵਧੀਆ ਕਰ ਰਿਹਾ ਸੋ ਮੈਂ ਤਾਂ ਸ਼ੁਭਕਾਮਨਾਵਾਂ ਨੇ ਜੀ ਜਿੰਨਾ ਵੀ ਕੰਮ ਕਰਨ ਵਧੀਆ ਕਰਨ ਉਸ ਦੇ ਨਾਲ ਜਿਹੜੇ ਸਾਡੇ ਯੰਗਸਟਰਸ ਆਉਣ ਵਾਲੇ ਨੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਕਿਉਂਕਿ ਬਹੁਤ ਆਰਟ ਆ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਬਹੁਤ ਜ਼ਿਆਦਾ ਟੈਲੈਂਟ ਆ ਕਈਆਂ ਨੂੰ ਚਾਂਸ ਨਹੀਂ ਮਿਲਦਾ ਮੇਰਾ ਖਿਆਲ ਆ ਵੀ ਇਹਦੇ ਨਾਲ ਉਹਨਾਂ ਨੂੰ ਵੀ ਚਾਂਸ ਮਿਲੂਗਾ ਔਰ ਰਿਐਲਿਟੀ ਸ਼ੋਜ਼ ਦੇ ਵੱਲ ਜਾਂ ਡਰਾਮਾਜ਼ ਨੇ ਕੋਈ ਵੀ ਸ਼ੋਜ਼ ਇਹਨਾਂ ਨੇ ਕਰਨੇ ਆ ਉਹ ਦੁਨੀਆ ਭਰ ਦੇ ਵਿੱਚ ਦੇਖੇ ਜਾਣਗੇ ਸੋ ਬਹੁਤ ਓਪਰਚੁਨਿਟੀਜ਼ ਨੇ ਸੋ ਮਾਲਕ ਕਰੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਔਰ best wishes from me to Zee Punjabi and to all the shows they're doing. Thank you so much. Thank you so much, Pani. ਕਿਵੇਂ ਦਾ ਲੱਗ ਰਿਹਾ ਤੁਹਾਡੇ ਸੈੱਟ ਤੇ ਅਸੀਂ ਜ਼ੀ ਪੰਜਾਬੀ ਦੀ ਪਹਿਲੀ ਲੋਹੜੀ ਮਨਾ ਰਹੇ ਹਾਂ ਇਹ ਉਪਰਾਲਾ ਕੀਤਾ ਹੈਗਾ ਬਿਕੋਜ਼ ਜਿਹੜੀ ਸਟਾਰਟਿੰਗ ਹੁੰਦੀ ਹੈ ਨਾ ਬੜੀ ਔਖੀ ਹੁੰਦੀ ਹੈ ਤੇ ਜ਼ੀ ਪੰਜਾਬੀ ਨੇ ਫਟੇ ਮੈਂ ਕਹਿੰਦਾ ਚੱਕਤੇ ਹੈਗੇ ਤੇ ਹੁਣ ਦੁਨੀਆ ਸਾਰੀ ਇਹਨੂੰ ਦੇਖੇਗੀ ਬਿਕੋਜ਼ ਪੰਜਾਬ ਦੀ ਜਿਹੜੀ ਆਡੀਅੰਸ ਸੀਗੀ ਉਹ ਬਹੁਤ ਹੰਗਰੀ ਸੀਗੀ ਟੀਵੀ ਸ਼ੋਜ਼ ਵਾਸਤੇ ਟੀਵੀ ਸ਼ੋਜ਼ ਆ ਨਹੀਂ ਰਹੇ ਸੀਗੇ ਤੇ ਹੁਣ ਫਟੇ ਚੱਕਤੇ ਜ਼ੀ ਪੰਜਾਬੀ ਨੇ ਬੱਲੇ ਬੱਲੇ ਕਰਾਤੀ ਹੈਗੀ ਹੈ ਤੇ ਬਹਿ ਜਾ ਤੁਸੀਂ ਸਾਰਿਆਂ ਨੇ ਕਰਾ ਦੇਣੀ ਹੈਗੀ ਹੈ ਤੇ ਮੈਂ ਹੁਣ ਮਾਈਕ ਦੇ ਰਿਹਾ ਐਮਲੀ ਨੂੰ ਮੇਰੀ ਫੀਮੇਲ ਲੀਡ ਸਾਡੀ ਅੰਗਰੇਜਨ ਭਾਬੀ ਸਾਡੀ ਕਿਵੇਂ ਦਾ ਲੱਗ ਰਿਹਾ ਜੀ ਤੁਸੀਂ ਸਾਡੇ ਪੰਜਾਬ 'ਚ ਪਹਿਲੀ ਲੋਹੜੀ ਮਨਾਉਣ ਲੱਗੇ ਹੋ ਪੰਜਾਬ 'ਚ ਪਹਿਲੀ ਨਹੀਂ ਬਟ ਸੈੱਟ 'ਤੇ ਪਹਿਲੀ ਲੋਹੜੀ ਐਂਡ ਆਈ ਐਮ ਸੋ ਐਕਸਾਈਟਡ ਐਂਡ ਸੋ ਹੈਪੀ ਬਿਕਾਜ਼ ਸੈੱਟ 'ਤੇ ਇਟਸ ਲਾਈਕ ਅ ਫੈਮਲੀ ਜਿੰਨੇ ਵੀ ਹਮਾਰੀ ਸਾਰੀ ਸਟਾਰ ਕਾਸਟ ਹੈ ਉੱਪਰ 'ਚ ਆਪ ਸਭ ਆ ਗਏ ਤੋ ਇਟਸ ਲਾਈਕ ਚਾਂਦ ਕੇ ਕਹਤੇ ਉਸਕੋ ਇੱਕ ਹਾਂ ਚਾਰ ਚਾਂਦ ਲੱਗੇ ਹਮਾਰੀ ਖੁਸ਼ੀ ਪੇ ਐਂਡ ਆਈ ਐਮ ਸੋ ਹੈਪੀ and I am very thankful ki we have Jazzy paaji on board matlab puri duniya Jazzy paaji nu inna pasand kardi hai inna de gaane paaji main toda bahut vadda fan ha tode main matlab mainu rate hoye tode gaane sare te it's a privilege for us ki tusi sade naal on board aaye hage ho bahut bahut thank you bhaji koi gall nahi ji aur baladi paabi di hindi apa set kar dani punjabi sara
ਸਾਡਾ ਕੰਮ ਹੈ ਪੰਜਾਬੀ ਸਿਖਾਲਣਾ ਕਹਿੰਦਾ ਉੱਧਰ ਸੈੱਟ ਤੇ ਸੋਨੂੰ ਜੀ ਨਾਲ ਵੀ ਇਹੀ ਆਰਗੂਮੈਂਟ ਹੁੰਦਾ ਆਰਗੂਮੈਂਟ ਨਹੀਂ ਮਤਲਬ ਸਾਡਾ ਕੰਮ ਹੈ ਕਿਉਂਕਿ ਅਸੀਂ ਪੰਜਾਬੀ ਹਾਂ ਪੰਜਾਬੀ ਆਪਾਂ ਗੋਰਿਆਂ ਕਾਲਿਆਂ ਨੂੰ ਸਭ ਨੂੰ ਸਿਖਾਲਤੀ ਤੇ ਤੁਹਾਨੂੰ ਵੀ ਸਿਖਾਲਾਂਗੇ ਪੰਜਾਬੀ ਸਿੱਖ ਰਹੀ ਹਾਂ ਸਿੱਖ ਰਹੀ ਹਾਂ ਬਸ ਪਹਿਲਾਂ ਇਹ ਗਿਆ ਸਿੱਖ ਰਹੀ ਹਾਂ ਬਸ ਬਣ ਗਈ ਗੱਲ ਸਿੱਖੀਗੀ ਜ਼ਰੂਰ ਸਾਡੇ ਨਾਲ ਵਿਲੈਤੀ ਭਾਬੀ ਦੇ ਹੋਰ ਵੀ ਮੈਂਬਰ ਸਾਡੇ ਨਾਲ ਅੱਜ ਸ਼ਾਮਿਲ ਨੇ ਮੈਂ ਚਾਹਾਂਗੀ ਕਿ ਤੁਸੀਂ ਆਪਣੇ ਆਪਣੇ ਕਰੈਕਟਰ ਦੇ ਬਾਰੇ ਸਾਨੂੰ ਸਾਰਿਆਂ ਨੂੰ ਦੱਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਜੀ ਭਾਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਸੇਵਕ ਸਿੰਘ ਹੈ ਮੈਂ ਨਵਾਬ ਦਾ ਕਰੈਕਟਰ ਪਲੇ ਕਰ ਰਿਹਾ ਜੋ ਇੱਕ ਫੈਮਿਲੀ ਦਾ ਘਰ ਦੇ ਵਿੱਚ ਇੱਕ ਕਰੈਕਟਰ ਹੈ ਸੋ ਕਰੈਕਟਰ ਬਾਰੇ ਮੈਂ ਅੱਗੇ ਤੁਹਾਨੂੰ ਨਹੀਂ ਦੱਸਾਂਗਾ ਕਿਉਂਕਿ ਇਹਦੇ ਵਿੱਚ ਬੜੇ ਵੇਰੀਏਸ਼ਨ ਨੇ ਤੁਹਾਨੂੰ ਦੇਖਣਾ ਪੈਣਾ ਤੁਹਾਨੂੰ ਦੇਖਣਾ ਪੈਣਾ ਫਿਰ ਕਰੈਕਟਰ ਬਾਰੇ ਪਤਾ ਲੱਗੂਗਾ ਤੇ ਇਸ ਤੋਂ ਬਾਅਦ ਮੈਂ ਇੱਕ ਆਪਣੇ ਨਾਲ ਹੈਲੋ ਮੇਰੇ ਲਈ ਇਹ ਫਸਟ ਟਾਈਮ ਹੈ ਮੇਰਾ ਨਾਮ ਵੰਸ਼ਿਕਾ ਹੈ ਔਰ ਮੈਂ ਬਿਨੀ ਕਾ ਕਰੈਕਟਰ ਪਲੇ ਕਰ ਰਹੀ ਹੂੰ ਜੋ ਲੜਕੀ ਲੜਕੀਓ ਕੇ ਹੱਕ ਕੇ ਲਈ ਲੜਤੀ ਹੈ ਮੈਂ ਇੱਕ ਛੋਟੇ ਘਰ ਕੀ ਲੜਕੀ ਹੂੰ ਗਾਂਵ ਮੇਂ ਰਹਿਤੀ ਹੂੰ ਗਰੀਬ ਘਰ ਸੇ ਬਿਲੋਂਗ ਕਰਤੀ ਹੂੰ ਪਰ ਮੇਰੀ ਯਹੀ ਡ੍ਰੀਮਸ ਹੈ ਕਿ ਮੈਂ ਆਪਣੀ ਲਾਈਫ ਮੇਂ ਬਹੁਤ ਕੁਛ ਪਾਊਂ ਥੈਂਕ ਯੂ ਮੋਹਨ ਕੰਬੋਜ ਮੈਂ ਇਸ ਸੀਰੀਅਲ ਚ ਫੌਜੀ ਦਾ ਇੱਕ ਕਿਰਦਾਰ ਨਿਭਾ ਰਿਹਾ ਤੇ ਬਾਕੀ ਫੌਜੀ ਕੀ ਕਰਤੂਤਾਂ ਕਰਦੇ ਕੀ ਕੀ ਕੰਮ ਕਰਦਾ ਇਹ ਤੁਸੀਂ ਸਕਰੀਨ ਤੇ ਹਰ ਰੋਜ਼ ਵੇਖਿਓ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜੈਜੀ ਭਾਜੀ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਮੈਂ ਸੰਕਲਪ ਠਾਕੁਰ ਹਾਂ ਤੇ ਮੇਰਾ ਰੋਲ ਹੈ ਜੀ ਗੱਟੂ ਦਾ ਇੱਕ ਗੱਟੂ ਇੱਕ ਇਹੋ ਜਿਹਾ ਮੁੰਡਾ ਹੈ ਜੋ ਜਿਹੜਾ ਕਨੇਡਾ ਜਾਣਾ ਚਾਹੁੰਦਾ ਹੈ ਤੇ ਉਹ ਰੈਪਰ ਹੈ ਤੇ ਉਹ ਕਨੇਡਾ ਜਾ ਕੇ ਰੈਪ ਕਰਨਾ ਚਾਹੁੰਦਾ ਇਹੋ ਜਿਹਾ ਮੇਰਾ ਕਰੈਕਟਰ ਹੈ ਤੇ ਬਾਕੀ ਤੁਸੀਂ ਦੇਖ ਲਿਓ ਆਪੇ ਹੀ ਇੱਕ ਹੋਰ ਭੱਜ ਦਾ ਭੱਜ ਦਾ ਕਰੈਕਟਰ ਸਾਡੇ ਵਿੱਚ ਸ਼ਾਮਿਲ ਹੋਇਆ ਹੈ ਜੋੜੀ ਜੋੜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਮਨਦੀਪ ਮਨੀ ਮੈਂ ਕਰੈਕਟਰ ਪਲੇ ਕਰ ਰਿਹਾ ਜੈਕਸਨ ਦਾ ਬਹੁਤ ਚੁਲਬੁਲਾ ਜਿਹਾ ਕਰੈਕਟਰ ਹੈ ਔਰ ਹਮੇਸ਼ਾ ਨੂੰ ਏਦਾਂ ਰਹਿੰਦਾ ਕਿ ਭਾਬੀ ਦੇ ਮੇਰੇ ਬਸ ਨੰਬਰ ਬਣਾਉਂਦਾ ਰਹਾਂ ਆਪਣੇ ਮੈਨੂੰ ਆਪਣੇ ਕਰੈਕਟਰ ਨੂੰ ਏਦਾਂ ਸੀ ਕਿ ਮੈਂ ਬਹੁਤ ਸਮਾਰਟ ਹਾਂ ਬਹੁਤ ਗਧਾ ਹੋਇਆ ਪਰ ਜਿਹੜਾ ਬੰਦਾ ਕੰਮ ਚੋਰ ਸੀ ਉਹ ਚਲ ਗਿਆ ਕੈਨੇਡਾ ਔਰ ਉਹ ਵਿਆਹ ਕੇ ਲਿਆਇਆ ਭਾਬੀ ਤਾਂ ਮੈਨੂੰ ਇਸ ਗੱਲ ਦੀ ਥੋੜ੍ਹੀ ਜੈਲਸੀ ਵੀ ਆ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਚਰਨਪ੍ਰੀਤ ਮਾਨ ਤੇ ਇੱਥੇ ਮੈਂ ਸੀਰੀਅਲ 'ਚ ਬਿੰਦਰ ਦਾ ਕਰੈਕਟਰ ਕਰ ਰਹੀ ਹਾਂ ਬਹੁਤ ਭੋਲੀ ਭਾਲੀ ਜੀ ਕੁੜੀਆਂ ਨੂੰ ਕੁਛ ਨਹੀਂ ਪਤਾ ਉਹਦਾ ਘਰ ਵਾਲਾ ਕੀ ਕਰਦਾ ਫਿਰਦਾ ਕਿਸੇ ਤੇ ਟਰਾਈ ਪਰ ਇੱਕ ਅਜੀਬ ਜਿਹਾ ਇਰੀਟੇਟ ਰਹਿੰਦਾ ਹਮੇਸ਼ਾ ਮੇਰੇ ਤੋਂ ਪਤਾ ਨਹੀਂ ਕਿ ਇਹਨੂੰ ਪ੍ਰੋਬਲਮ ਹੈ ਮੇਰੇ ਤੋਂ ਫਿਰ ਸ਼ਾਇਦ ਦੇਸੀਆਂ ਨੂੰ ਬਲੈਕ ਦਾ ਪਸੰਦ ਨਹੀਂ ਲੱਗਦੀ ਥੈਂਕ ਯੂ ਸੋ ਮਚ ਜੀ ਔਰ ਸਾਡੇ ਨਾਲ ਮਨਜੀਤ ਸਰ ਵੀ ਮਨਜੀਤ ਹੰਸ ਜੀ ਵੀ ਨੇ ਜੋ ਜ਼ੀ ਪੰਜਾਬੀ ਦੇ ਸਾਰੇ ਕੰਟੈਂਟ ਨੂੰ ਹੈਡ ਕਰ ਰਹੇ ਨੇ ਸੋ ਮੈਂ ਚਾਹੂੰਗੀ ਸਰ ਤੁਸੀਂ ਵੀ ਸਾਨੂੰ ਦੱਸੋ ਤੁਹਾਡੀ ਪਹਿਲੀ ਲੋਹੜੀ ਜ਼ੀ ਪੰਜਾਬੀ ਦੀ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਅਤੇ ਥੈਂਕ ਯੂ ਜੈਜ਼ੀ ਭਾਜੀ ਦਾ ਕਿ ਉਹਨਾਂ ਨੇ ਸਪੋਰਟ ਦਿੱਤੀ ਮਾਰਗਦਰਸ਼ਨ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਲੋੜ ਸੀ ਕਿ ਸਾਡਾ ਆਪਣਾ ਖਾਣਾ ਮਸ਼ਹੂਰ ਹੈ ਸਾਡੇ ਗਾਣੇ ਗਲੋਬਲ ਹੈ ਸਭ ਕੁਝ ਸਾਡਾ ਮਸ਼ਹੂਰ ਹੋ ਰਿਹਾ ਪਰ ਸਾਡੇ ਕੋਲ ਆਪਣਾ ਐਂਟਰਟੇਨਮੈਂਟ ਦਾ ਅੱਛਾ ਔਰ ਬਹੁਤ ਵਧੀਆ ਸ਼ਾਇਦ ਜੀ ਸੀ ਚੈਨਲ ਅਜੇ ਨਹੀਂ ਸੀ ਸੋ ਉਹਦੀ ਕੋਸ਼ਿਸ਼ ਹੈ ਸਾਰੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ ਮੈਨੂੰ ਲੱਗਦਾ ਕਿ ਮੋਰ ਦੈਨ 500 ਤੋਂ ਵੱਧ ਲੋਕ 6 ਮਹੀਨਿਆਂ ਤੋਂ ਅਸੀਂ ਮਿਹਨਤ ਕਰ ਰਹੇ ਹਾਂ ਇਸ ਤੁਹਾਡੇ ਅੱਗੇ 13 ਜਨਵਰੀ ਨੂੰ ਪੇਪਰ ਦੇਵਾਂਗੇ ਆਸ ਹੈ ਕਿ ਤੁਸੀਂ ਸਾਨੂੰ ਪਹਿਲੇ ਨੰਬਰਾਂ 'ਚ ਪਾਸ ਕਰੋ ਥੈਂਕ ਯੂ ਜੀ ਇੱਕ ਹੋਰ ਭੱਜਦਾ ਭੱਜਦਾ ਕਰੈਕਟਰ ਸਾਡੇ ਵਿੱਚ ਸ਼ਾਮਿਲ ਹੋਇਆ ਜੋੜੀ ਜੋੜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਮਨਦੀਪ ਮਨੀ ਮੈਂ ਕਰੈਕਟਰ ਪਲੇ ਕਰ ਰਿਹਾ ਜੈਕਸਨ ਦਾ ਬਹੁਤ ਚੁਲਬੁਲਾ ਜਿਹਾ ਕਰੈਕਟਰ ਹੈ ਔਰ ਹਮੇਸ਼ਾ ਨੂੰ ਏਦਾਂ ਰਹਿੰਦਾ ਕਿ ਭਾਬੀ ਦੇ ਮੇਰੇ ਬਸ ਨੰਬਰ ਬਣਾਉਂਦਾ ਰਹਾਂ ਆਪਣੇ ਮੈਨੂੰ ਆਪਣੇ ਕਰੈਕਟਰ ਨੂੰ ਏਦਾਂ ਸੀ ਕਿ ਮੈਂ ਬਹੁਤ ਸਮਾਰਟ ਹਾਂ ਬਹੁਤ ਗਧਾ ਹੋਇਆ ਪਰ ਜਿਹੜਾ ਬੰਦਾ ਕੰਮ ਚੋਰ ਸੀ ਉਹ ਚਲ ਗਿਆ ਕੈਨੇਡਾ ਔਰ ਉਹ ਵਿਆਹ ਕੇ ਲਿਆਇਆ ਭਾਬੀ ਤਾਂ ਮੈਨੂੰ ਇਸ ਗੱਲ ਦੀ ਥੋੜ੍ਹੀ ਜੈਲਸੀ ਵੀ ਆ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਚਰਨਪ੍ਰੀਤ ਮਾਨ ਤੇ ਇੱਥੇ ਮੈਂ ਸੀਰੀਅਲ 'ਚ ਬਿੰਦਰ ਦਾ ਕਰੈਕਟਰ ਕਰ ਰਹੀ ਹਾਂ ਬਹੁਤ ਭੋਲੀ ਭਾਲੀ ਜੀ ਕੁੜੀਆਂ ਨੂੰ ਕੁਛ ਨਹੀਂ ਪਤਾ ਉਹਦਾ ਘਰ ਵਾਲਾ ਕੀ ਕਰਦਾ ਫਿਰਦਾ ਕਿਸੇ ਤੇ ਟਰਾਈ ਪਰ ਇੱਕ ਅਜੀਬ ਜਿਹਾ
ਇਰੀਟੇਟ ਰਹਿੰਦਾ ਹੈ ਹਮੇਸ਼ਾ ਮੇਰੇ ਤੋਂ, ਪਤਾ ਨਹੀਂ ਕੀ ਇਹਨੂੰ ਪ੍ਰੋਬਲਮ ਹੈ ਮੇਰੇ ਤੋਂ, ਫਿਰ ਸ਼ਾਇਦ ਦੇਸੀਆਂ ਨੂੰ ਬਲੈਕ ਨਾ ਪਸੰਦ ਨੇ ਸਾਰਿਆਂ ਦਾ ਜੀ ਆਇਆਂ ਨੂੰ, ਤੇ ਥੈਂਕ ਯੂ ਜੈਜ਼ੀ ਭਾਜੀ ਦਾ ਕਿ ਉਹਨਾਂ ਨੇ ਸਪੋਰਟ ਦਿੱਤੀ, ਮਾਰਗਦਰਸ਼ਨ ਦਿੱਤਾ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਲੋੜ ਸੀ ਕਿ ਸਾਡਾ ਆਪਣਾ ਖਾਣਾ ਮਸ਼ਹੂਰ ਹੈ, ਸਾਡੇ ਗਾਣੇ ਗਲੋਬਲ ਹੈ, ਸਭ ਕੁਝ ਸਾਡਾ ਮਸ਼ਹੂਰ ਹੋ ਰਿਹਾ, ਪਰ ਸਾਡੇ ਕੋਲ ਆਪਣਾ ਐਂਟਰਟੇਨਮੈਂਟ ਦਾ ਅੱਛਾ ਔਰ ਬਹੁਤ ਵਧੀਆ ਸ਼ਾਇਦ ਜੀ ਸੀ ਚੈਨਲ ਅਜੇ ਨਹੀਂ ਸੀ। ਸੋ ਉਹਦੀ ਕੋਸ਼ਿਸ਼ ਹੈ, ਸਾਰੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ। ਮੈਨੂੰ ਲੱਗਦਾ ਕਿ ਮੋਰ ਦੈਨ 500 ਤੋਂ ਵੱਧ ਲੋਕ 6 ਮਹੀਨਿਆਂ ਤੋਂ ਅਸੀਂ ਮਿਹਨਤ ਕਰ ਰਹੇ ਹਾਂ ਇਸ ਤੁਹਾਡੇ ਅੱਗੇ। 13 ਜਨਵਰੀ ਨੂੰ ਪੇਪਰ ਦੇਵਾਂਗੇ, ਆਸ ਹੈ ਕਿ ਤੁਸੀਂ ਸਾਨੂੰ ਪਹਿਲੇ ਨੰਬਰਾਂ 'ਚ ਪਾਸ ਕਰੋਗੇ। ਥੈਂਕ ਯੂ, ਥੈਂਕ ਯੂ ਸੋ ਮਚ ਜੀ। ਮੈਂ ਮੀਡੀਆ ਨੂੰ ਗੁਜ਼ਾਰਿਸ਼ ਕਰਾਂਗੀ ਕਿ ਫੋਟੋਗ੍ਰਾਫ ਸਾਰੀ ਸਟਾਕ ਆਸ ਅਵੇਲੇਬਲ ਹੈ, ਫੋਟੋਗ੍ਰਾਫ ਕਰ ਲਓ, ਫਿਰ ਉਸ ਤੋਂ ਬਾਅਦ ਅਸੀਂ ਲੋਹੜੀ ਦੀ ਰਸਮ ਨੂੰ ਸ਼ੁਰੂ ਕਰਨਾ ਹੈ। ਜੈਜ਼ੀ ਭਾਜੀ, ਤੁਸੀਂ ਸਾਰੀ ਸਾਡੀ ਰਸਮ ਨੂੰ ਅੱਗੇ ਸ਼ੁਰੂ ਕਰਨਾ ਹੈ ਜੀ, ਫੋਟੋ ਕਰ ਲਓ ਜੀ। ਬੜੀ ਮੁਬਾਰਕੀ ਸਭ ਤੋਂ ਪਹਿਲੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿੰਨੇ ਵੀ ਇਸ ਵੇਲੇ ਦੇਖ ਰਹੇ ਸਾਰਿਆਂ ਨੂੰ ਜੈਜ਼ੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਬੀ ਸੇਫ। ਅਤੇ ਤੁਹਾਡਾ ਸ਼ੋਅ ਆ ਰਿਹਾ ਜੀ 'ਤੇ, ਤਾਂ ਉਹਦੇ ਬਾਰੇ ਕੁਝ ਦੱਸੋ। ਹਾਂਜੀ ਬਿਲਕੁਲ ਜੀ, ਜ਼ੀ ਪੰਜਾਬੀ ਦੇ ਉੱਤੇ ਨਵਾਂ ਸ਼ੋਅ ਆ ਰਿਹਾ ਜੀ, ਸਾਰੇ ਗਾਵਾਂ ਪਾ ਪੰਜਾਬੀ। ਉਹਦੇ ਵਿੱਚ ਮੈਂ ਪਹਿਲੀ ਵਾਰ ਜੱਜ ਬਣਿਆ, ਪਹਿਲੀ ਵਾਰ ਹੀ ਜੱਜ ਬਣਿਆ ਕਿਤੇ ਵੀ। ਸੋ ਆਈ ਐਮ ਵੈਰੀ ਐਕਸਾਈਟਡ, ਮੇਰੇ ਲਈ ਬੜਾ ਨਵਾਂ ਐਕਸਪੀਰੀਅੰਸ ਸੀਗਾ ਕਿਸੇ ਨੂੰ ਜੱਜ ਕਰਨਾ ਅਤੇ ਉਹਦੇ ਉੱਤੇ ਤੁਸੀਂ ਯੂ ਨੋ ਕਮੈਂਟਸ ਦੇਣੇ ਜਾਂ ਕਿਸੇ ਦਾ ਦਿਲ ਵੀ ਤੋੜਨਾ ਪੈਂਦਾ ਕਈ ਵਾਰ, ਹੈ ਨਾ। ਸੋ ਆਈ ਵਾਸ ਨਰਵਸ, ਪਰ ਮੈਨੂੰ ਬਹੁਤ ਵਧੀਆ ਲੱਗਾ, ਬਹੁਤ ਅੱਛਾ ਸੈੱਟ ਵਗੈਰਾ ਲਗਾਏ ਨੇ, ਬਹੁਤ ਅੱਛਾ ਟੈਲੈਂਟ ਹੈ। ਮਤਲਬ ਇੰਨਾ ਉਹਨਾਂ ਨੇ ਅਲੱਗ ਅਲੱਗ ਸਿਟੀਜ਼ ਤੋਂ, ਅਲੱਗ ਅਲੱਗ ਸਟੇਟਸ ਤੋਂ ਟੈਲੈਂਟ ਜਿੱਥੇ ਵੀ ਉਹਨਾਂ ਨੂੰ ਲੱਗਾ ਉਹ ਇਕੱਠਾ ਕਰਕੇ ਲਿਆਂਦਾ। ਸੋ ਆਈ ਰੀਲੀ ਇੰਜੋਏ ਰਹੇ, ਮੈਨੂੰ ਲੱਗਦਾ ਆਈ ਥਿੰਕ ਯੂ ਗਾਇਸ ਵਿਲ ਲਾਈਕ ਦਿ ਸ਼ੋਟ। ਕਈ ਵਾਰ ਐਸਾ ਹੁੰਦਾ ਕਿ ਨਾ ਆਪਣਾ ਨੋਨ ਹੁੰਦਾ ਕੋਈ ਜੋ ਸਿੰਗਿੰਗ ਮੈਂ ਆ ਜਾਂਦਾ ਹੈ, ਤੋ ਇਸ ਟਾਈਮ ਪੇ ਕੈਸੇ ਜਜਮੈਂਟ ਕੀ, ਮਤਲਬ ਮੁਸ਼ਕਿਲ ਰਹਿਤੀ? ਹਾਂ ਬਹੁਤ ਮੁਸ਼ਕਿਲ ਹੈ ਜੀ, ਕਿਉਂਕਿ ਜਦੋਂ ਮਤਲਬ ਪਹਿਲਾਂ 45-50 ਬੱਚੇ ਨੇ ਇੱਕ ਦੂਸਰੇ ਨਾਲ ਫਾਈਟ ਕਰ ਰਹੇ, ਫਿਰ ਹੌਲੀ ਹੌਲੀ ਉਹ ਤੋਂ ਘਟੀ ਜਾਂਦੇ ਆ, ਉੱਦਾਂ ਉੱਦਾਂ ਤੁਸੀਂ ਵੀ ਯੂ ਨੋ ਅਟੈਚ ਹੋ ਜਾਂਦੇ ਤੁਸੀਂ, ਹੈ ਨਾ, ਉਸ ਸ਼ੋਜ਼ ਦੇ ਨਾਲ, ਬੱਚਿਆਂ ਦੇ ਨਾਲ ਅਟੈਚ ਹੋ ਜਾਂਦੇ ਆ ਕਿਸੇ ਨੂੰ, ਮਤਲਬ ਮੈਂ ਦਿਲ ਤੋੜ ਨਹੀਂ ਸਕਦਾ ਕਿਸੇ ਦਾ, ਹੈ ਨਾ। ਸੋ ਪਰ ਲੇਕਿਨ ਮੈਂ ਉਹਨਾਂ ਨੂੰ ਇਹੀ ਕਿਹਾ ਵੀ ਅਸੀਂ ਵੀ ਇੱਦਾਂ ਸ਼ੁਰੂ ਕੀਤਾ, ਜ਼ਰੂਰੀ ਨਹੀਂ ਤੁਹਾਨੂੰ ਇੱਕ ਸ਼ੋਅ 'ਚੋਂ ਤੁਸੀਂ ਬਾਹਰ ਨਿਕਲ ਗਏ ਤਾਂ ਤੁਹਾਡਾ ਸ਼ੋਅ ਖਤਮ ਹੋ ਗਿਆ, ਨਾ, ਹੈ ਨਾ। ਯੂ ਆਰ ਅ ਵਿਨਰ ਐਨੀਵੇਜ਼, ਤੁਸੀਂ ਐਡੇ ਵੱਡੇ ਮੰਚ 'ਤੇ ਆ ਕੇ ਗਾ ਤਾ, ਦੁਨੀਆ ਨੇ ਤੁਹਾਨੂੰ ਦੇਖ ਲਿਆ, ਪਤਾ ਨਹੀਂ ਤੁਹਾਨੂੰ ਕਿਹਨੇ ਪਿੱਕ ਕਰ ਲੈਣਾ, ਹੈ ਨਾ। ਸੋ ਆਈ ਵਾਸ ਵੈਰੀ ਹੈਪੀ। ਰੀਮਿਕਸ ਕੀ ਬਾਤ ਕਰੇ ਤਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਰੀਮਿਕਸ ਹੋ ਰਿਹਾ, ਆਪਕੋ ਕਿਆ ਮਾਨਨਾ ਹੈ, ਰੀਮਿਕਸ ਹੋਣਾ ਚਾਹੀਏ, ਪੁਰਾਣੇ ਗਾਣੋ ਕੋ ਕਾ ਰੀਮਿਕਸ ਕਰਕੇ ਅੱਗੇ ਚੱਲਣਾ ਚਾਹੀਏ? ਹਾਂ, ਕੋਈ ਗਲਤ ਨਹੀਂ ਹੈ ਜੀ, ਦੇਖੋ ਆਪਣੇ ਆਪਣੇ ਹਰੇਕ ਬੰਦੇ ਦੀ ਰਾਏ ਆ, ਟ੍ਰੈਂਡ ਆ, ਹੈ ਨਾ। ਜਿਹੜਾ ਇੱਕ ਡੀਜੇ ਆ ਉਹਦਾ ਹੀ ਜੋਬ ਆ, ਉਹਨੂੰ ਵੀ ਮਾਲਕ ਨੇ ਜੋਬ ਦਿੱਤੀ ਹੈ, ਹੈ ਨਾ। ਜਿਹੜੇ ਓਰਿਜਿਨਲ ਤਾਂ ਰਹਿਣਾ ਹੀ ਰਹਿਣਾ, ਕਿਉਂਕਿ ਭਾਵੇਂ ਰੀਮਿਕਸ ਕਰੂਗਾ ਨਾ, ਪਹਿਲਾਂ ਤੁਸੀਂ ਉਹੀ ਕਹਿਣਾ ਓਰਿਜਿਨਲ ਗਾਣਾ ਉਹ ਸੀਗਾ, ਹੈ ਨਾ। ਸੋ ਦੇਰ ਇਜ਼ ਨਥਿੰਗ ਰੋਂਗ ਵਿਥ ਇਟ। ਹਾਂ, ਕਿ ਇੱਦਾਂ ਜ਼ਰੂਰ ਹੈ ਵੀ ਜਿਹਦਾ ਕੀਤਾ ਹੋਇਆ ਉਹਨੂੰ ਕ੍ਰੈਡਿਟ ਜ਼ਰੂਰ ਦੇਣਾ ਚਾਹੀਦਾ, ਓਰਿਜਿਨਲ ਕੋਈ ਵੀ ਆ ਉਹਨੂੰ ਕ੍ਰੈਡਿਟ ਦਿਓ, ਅਤੇ ਕਿਉਂਕਿ ਪੁਰਾਣੀਆਂ ਤਰਜ਼ਾਂ, ਪੁਰਾਣੇ ਬੋਲ, ਪੁਰਾਣਾ ਮਿਊਜ਼ਿਕ ਇੰਨਾ ਸਟਰੋਂਗ ਹੈ ਨਾ, ਉਹ ਰੀਕ੍ਰੀਏਟ ਕਰਨਾ ਬਹੁਤ ਔਖਾ, ਉਹ ਵੀ ਇੱਕ ਚੈਲੇਂਜਿੰਗ ਆ, ਕਿਉਂਕਿ ਤੁਸੀਂ ਪੁਰਾਣੇ ਗਾਣੇ ਨੂੰ ਉਹ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਟ ਇਜ਼ ਵੈਰੀ ਚੈਲੇਂਜਿੰਗ। ਹਾਂਜੀ ਬਿਲਕੁਲ ਜੀ, ਜੈਜ਼ੀ ਵੀ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ, ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਹੈਪੀ ਲੋਹੜੀ। 13 ਤਰੀਕ ਕੋ ਲਾਂਚ ਹੋ ਗਿਆ ਚੈਨਲ, ਔਰ ਹਮਾਰੇ 5 ਫਿਕਸ਼ਨ ਸ਼ੋਅ ਹੈ, ਸੋ 5 ਤੋਂ 5 ਸ਼ੋਅ ਜਿਹੜੇ ਹੈ ਉਹ 13 ਤਰੀਕ ਤੋਂ ਲਾਂਚ ਹੋ ਜਾਣਗੇ। ਓਕੇ, ਕਿੰਨੀ ਮਿਹਨਤ ਕਰਨੀ ਪੜੀ ਇਸ ਚੈਨਲ ਕੋ ਲਾਣੇ ਕੇ ਲੀਏ? 6 ਮਹੀਨੇ ਸੇ ਆਪ ਬਤਾ ਰਹੇ ਹੋ ਕਿ ਬਹੁਤ ਮਿਹਨਤ ਕਰ ਚੱਲ ਰਹੀ ਹੈ। ਦੇਖੋ, ਮਿਹਨਤ ਤਾਂ ਚਾਹੇ ਇੱਕ ਛੋਟਾ ਜਿਹਾ ਤੁਸੀਂ ਕੋਈ ਵੀ ਕੰਮ ਕਰਨਾ ਉਹਦੇ ਲਈ ਵੀ ਕਰਨੀ ਪੈਂਦੀ ਹੈ, ਪਰ ਬੇਸਿਕ ਕੀ ਸੀਗਾ ਕਿ ਇੱਥੇ ਹਜੇ ਪੰਜਾਬ ਦੇ ਵਿੱਚ ਟੀਵੀ ਇਕੋ ਸਿਸਟਮ ਡਿਵੈਲਪ ਨਹੀਂ ਹੈ। ਸੋ ਅਸੀਂ ਪ੍ਰੋਡਿਊਸਰਸ ਨਾਲ ਲੈ ਕੇ ਆਏ ਹਾਂ, ਪੰਜਾਬ ਦੇ ਸ਼ੋਅ ਕਰ ਰਹੇ ਹਾਂ ਇੱਥੇ ਲਿਆ ਕੇ, ਸੋ ਥੋੜ੍ਹਾ ਬਹੁਤ ਸ਼ੂਟਿੰਗ ਦੇ ਇਨਵਾਇਰਮੈਂਟ ਦੇ ਵਿੱਚ ਹਲਕਾ ਫੁਲਕਾ ਸਾਨੂੰ ਨਵਾਂ ਚੀਜ਼ਾਂ ਡਿਵੈਲਪ ਕਰਨੀਆਂ ਪਈਆਂ। ਸੋ 5 ਸ਼ੋਅ ਜਿਹੜੇ ਸ਼ੋਅ ਹੈ ਉਹ ਪੰਜਾਬ 'ਚ ਸ਼ੂਟ ਕਰ ਰਹੇ ਹਾਂ। ਸੋ ਹਰੇਕ ਦੇ ਵਿੱਚ ਮੈਨੂੰ ਲੱਗਦਾ ਇੱਕ ਸ਼ੋਅ ਦੇ ਵਿੱਚ ਘੱਟ ਤੋਂ ਘੱਟ ਨਹੀਂ ਤਾਂ ਉਹਦੀ ਕਾਸਟ ਨੂੰ ਮਿਲਾ ਕੇ ਜਾਂ ਉਹਦੇ ਬਿਹਾਈਂਡ ਜਿੰਨੇ ਵੀ ਲੋਕ ਹੈ, ਕੋਈ 70-80 ਬੰਦਾ ਇੱਕ ਸ਼ੋਅ ਨੂੰ ਡਿਵੈਲਪ ਕਰਦਾ, ਠੀਕ ਹੈ। ਸੋ 400-500 ਬੰਦਾ ਪਿਛਲੇ ਕਾਫੀ ਮਹੀਨਿਆਂ ਤੋਂ ਲੱਗਾ ਹੋਇਆ, ਠੀਕ ਹੈ, ਪਲੱਸ ਚੈਨਲ ਦੀ ਆਪਣੀ ਟੀਮ ਲੱਗੀ ਹੋਈ ਹੈ ਸਾਰੀ ਜੋ ਉਹਨਾਂ ਨੇ ਔਨਲਾਈਨ ਕਰਨਾ। ਸੋ ਬਹੁਤ ਲੋਕਾਂ ਦੀ ਮਿਹਨਤ ਹੈ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਉਹ ਨੀਡ ਸੀਗੀ ਬਹੁਤ। ਸੋ ਉਸ ਨੀਡ ਨੂੰ ਹੋ ਸਕਦਾ ਜੀ ਪੰਜਾਬੀ ਨੂੰ ਪੂਰਾ ਵਿਸ਼ਵਾਸ ਹੈ ਟੀਮ ਨੂੰ ਵੀ ਔਰ ਉਹਦੀ ਸਾਰੀ ਸਟਾਰ ਕਾਸਟ
ਦਿਨ ਰਾਤ ਕਰ ਰਹੀ ਹੈ ਅਤੇ ਆਈ ਬਿਲੀਵ 13 ਤਰੀਕ ਨੂੰ ਅਸੀਂ ਸਾਰਾ ਕੁਛ ਜਿੰਨਾ ਪਲੈਟਰ ਹੈ ਉਹ 13 ਜਨਵਰੀ ਨੂੰ ਲੋਕਾਂ ਦੇ ਸਾਹਮਣੇ ਪਰੋਸ ਦਾਂਗੇ ਔਰ ਆਸ ਕਰਦੇ ਹਾਂ ਕਿ ਉਹਨਾਂ ਨੂੰ ਬਹੁਤ ਵਧੀਆ ਲੱਗੇ ਇੱਕ ਪਰਸਨਲ ਜਿਹਾ ਕੁਐਸਚਨ ਹੈ ਬਟ ਲੋਕੋ ਕੇ ਦਿਮਾਗ ਮੇਂ ਬਹੁਤ ਮਿਥ ਹੈ ਕਿ ਜ਼ੀ ਆਈ ਗੈਸ ਥੋੜ੍ਹਾ ਲੋਸਿਸ ਮੇਂ ਥਾ ਦੈਟ ਇਜ਼ ਦਾ ਰੀਜ਼ਨ ਕਿ ਜ਼ੀ ਪੰਜਾਬੀ ਲਾਣੇ ਕੀ ਜ਼ਰੂਰਤ ਪੜੀ ਐਸਾ ਕੁਛ ਥਾ ਐਸਾ ਕੁਛ ਹੋ ਨਹੀਂ ਦੇਖੋ ਇੱਦਾਂ ਨਹੀਂ ਹੈ ਕਿਉਂਕਿ ਉਹ ਬੇਸਿਕਲੀ ਇਟਸ ਆ ਪਬਲਿਕ ਲਿਮਿਟਡ ਕੰਪਨੀ ਠੀਕ ਹੈ ਤਾਂ ਉਹਨਾਂ ਦੇ ਬਹੁਤ ਸਾਰੇ ਅਲੱਗ ਅਲੱਗ ਵੈਂਚਰਸ ਹੁੰਦੇ ਆ ਸੋ ਜ਼ੀ ਮੀਡੀਆ ਜ਼ੀ ਐਂਟਰਟੇਨਮੈਂਟ ਹਮੇਸ਼ਾ ਤੋਂ ਪ੍ਰੋਫਿਟ 'ਚ ਹੀ ਰਿਹਾ ਠੀਕ ਹੈ ਉਹ ਜਿੱਥੇ ਵੀ ਅਸੀਂ ਓਰੀਜਨਲ ਸਾਡਾ ਵੈਕ ਹੀ ਬਹੁਤ ਸਟਰੋਂਗ ਹੈ ਅਸੀਂ ਚਾਹੇ ਜ਼ੀ ਬੰਗਲਾ ਹੈ ਚਾਹੇ ਜ਼ੀ ਮਰਾਠੀ ਹੈ ਚਾਹੇ ਜ਼ੀ ਤੈਲਗੂ ਹੈ ਠੀਕ ਹੈ ਸੋ ਅਸੀਂ ਆਲਮੋਸਟ ਲੀਡਰ ਹਾਂ ਸਾਰੀ ਰੀਜਨਲ ਮਾਰਕੀਟਸ ਦੇ ਵਿੱਚ ਸੋ ਵੀ ਹੋਪ ਕਿ ਅਸੀਂ ਇੱਥੇ ਵੀ ਉਹੀ ਰਾਬਤਾ ਕਾਇਮ ਕਰਾਂਗੇ ਅਤੇ ਤੁਸੀਂ ਜੈਜ਼ੀ ਬੀ ਜੀ ਨੂੰ ਕਨੈਕਟ ਕੀਤਾ ਹੈ ਇਹਨਾਂ ਨੂੰ ਜੋੜਿਆ ਨਾਲ ਜੀ ਸੋ ਅਸੀਂ ਇੰਡੀਆ ਦਾ ਸਭ ਤੋਂ ਵੱਡਾ ਸਿੰਗਿੰਗ ਰਿਐਲਿਟੀ ਸ਼ੋਅ ਸਾਰੇ ਗਾਮਾ ਉਹਦਾ ਪੰਜਾਬੀ ਵਰਜਨ ਲੈ ਕੇ ਆ ਰਹੇ ਹਾਂ ਸਾਰੇ ਗਾਮਾ ਪੰਜਾਬੀ ਬਹੁਤ ਵੱਡਾ ਮੰਚ ਹੈ ਬੱਚਿਆਂ ਲਈ ਵੀ ਔਰ ਪੰਜਾਬ ਦੇ ਲਈ ਵੀ ਅਤੇ ਉਸ ਕਰਕੇ ਜੇ ਉਹ ਮੰਚ ਵੱਡਾ ਹੈ ਤਾਂ ਉਹਦੀ ਜਿਹਨੂੰ ਕਹਿੰਦੇ ਨਾ ਉਹਦਾ ਡੈਕੋਰਮ ਬਣਾਉਣ ਦੇ ਲਈ ਵੀ ਜੱਜ ਵੀ ਵੱਡੇ ਹੀ ਹੋਣੇ ਚਾਹੀਦੇ ਸੀ ਸੋ ਇਸ ਕਰਕੇ ਪੰਜਾਬ ਨੂੰ ਅਗਰ ਕਿਸੇ ਕੋਈ ਪੰਜਾਬੀ ਮਿਊਜ਼ਿਕ ਨੂੰ ਕੋਈ ਗਲੋਬਲ ਲੈ ਕੇ ਗਿਆ ਅੱਜ ਤੋਂ ਕਿੰਨੇ ਸਾਲ ਪਹਿਲਾਂ ਔਰ ਅੱਜ ਵੀ ਉਹਨੂੰ ਲੈ ਕੇ ਜਾ ਰਿਹਾ ਤਾਂ ਉਹ ਜੈਜ਼ੀ ਵੀ ਹੈ ਸੋ ਅਸੀਂ ਜੈਜ਼ੀ ਵੀ ਭਾਜੀ ਹੈਗੇ ਆ ਸੋਨੂੰ ਕੱਕੜ ਹੈ ਐਂਡ ਜੈਦੇਵ ਕੁਮਾਰ ਜੀ ਹੈ ਜਿਹਨਾਂ ਨੇ ਪੰਜਾਬ ਨੂੰ ਇੰਨੇ ਵਧੀਆ ਵਧੀਆ ਗਾਣੇ ਦਿੱਤੇ ਤਾਂ ਉਹ ਲੋਕ ਜਿਹੜੇ ਆ ਉਹ ਬੱਚਿਆਂ ਨੂੰ ਜੱਜ ਕਰ ਰਿਹਾ ਔਰ ਕੁਲਦੀਪ ਭਾਜੀ ਹੈ ਉਹ ਬੱਚਿਆਂ ਨੂੰ ਮੈਂਟਰ ਕਰ ਰਿਹਾ ਤੁਸੀਂ ਲੋਹੜੀ ਦੀ ਜ਼ਰਾ ਸ਼ੁਭਕਾਮਨਾ ਦੇ ਦਿੱਤੀ ਜੀ ਲੋਹੜੀ ਦੀਆਂ ਬਹੁਤ ਬਹੁਤ ਸ਼ੁਭਕਾਮਨਾ ਅਤੇ ਜ਼ੀ ਵੱਲੋਂ ਪੂਰੇ ਪੰਜਾਬੀਆਂ ਨੂੰ ਜ਼ੀ ਪੰਜਾਬੀ ਐਜ਼ ਆ ਤੋਹਫਾ ਲੋਹੜੀ ਦਾ ਅਸੀਂ ਦੇ ਰਹੇ ਅਤੇ ਸਭ ਤੁਹਾਡੇ ਸ਼ੋਅ ਬਾਰੇ ਕੁਛ ਦੱਸੋ ਸ਼ੋਅ ਦਾ ਨਾਮ ਹੈਗਾ ਜੀ ਬਲੈਂਤੀ ਭਾਬੀ ਅਤੇ ਆਪਣਾ ਐਂਟਰਟੇਨਮੈਂਟ ਸ਼ੋਅ ਹੈਗਾ ਬਿਕੋਜ਼ ਪੰਜਾਬ ਦੀ ਜਿਹੜੀ ਆਡੀਅੰਸ ਹੈਗੀ ਹੈ ਉਹ ਬੜੇ ਸਾਲਾਂ ਤੋਂ ਭੁੱਖੀ ਸੀਗੀ ਜੀ ਪੰਜਾਬੀ ਕੰਟੈਂਟ ਵਾਸਤੇ ਅਤੇ ਅਸੀਂ ਉਹਨਾਂ ਦੀ ਜਿਹੜੀ ਭੁੱਖ ਹੈਗੀ ਹੈ ਪੂਰੀ ਕਰਤੀ ਹੈਗੀ ਹੈ ਅਤੇ 13 ਜਨਵਰੀ ਨੂੰ ਲੈ ਕੇ ਆ ਰਹੇ ਹੈਗੇ ਹਾਂ ਬਲੈਂਤੀ ਭਾਬੀ ਓਨਲੀ ਔਨ ਜ਼ੀ ਪੰਜਾਬੀ ਮਤਲਬ ਇਟ ਇਜ਼ ਲੋਡਿਡ ਵਿਦ ਐਂਟਰਟੇਨਮੈਂਟ ਤੋ ਆਪਣੇ ਆਪਣੇ ਕਰੈਕਟਰ ਬਾਰੇ ਓਕੇ ਪੰਜਾਬੀ ਵਿੱਚ ਮੇਰਾ ਕਰੈਕਟਰ ਹੈਗਾ ਐਮਿਲੀ ਦਾ ਜਿਹੜੀ ਇੱਕ ਸਵੀਟ ਕੁੜੀ ਹੈ ਕੈਨੇਡਾ ਤੋਂ ਆਈ ਹੈ ਇਹ ਲੈ ਕੇ ਆਇਆ ਸੰਗੇ ਨਾਲ ਵਿਆਹ ਕਰਾ ਕੇ ਅਤੇ ਮੈਂ ਇੱਥੇ ਸਿਰਫ ਘੁੰਮਣ ਲਈ ਆਈ ਸੀ ਪਰ ਇਹਨੇ ਮੈਨੂੰ ਕਹਿ ਪਸੰਦ ਆ ਗਿਆ ਸ਼ੋਅ ਦਾ ਨਾਮ ਹੈ ਬਲੈਤੀ ਭਾਬੀ ਔਰ ਰਾਤ ਨੂੰ ਆ ਰਹੇ 9 ਵਜੇ ਤੁਹਾਡਾ ਕੀ ਕਰੈਕਟਰ ਮੇਰਾ ਕਰੈਕਟਰ ਦਾ ਨਾਮ ਹੈ ਜੈਕਸਨ ਔਰ ਚੁਲਬੁਲਾ ਜਿਹਾ ਕਰੈਕਟਰ ਹੈ ਉਹਨੂੰ ਆਪਣੇ ਆਪ ਨੂੰ ਲੱਗਦਾ ਹੈ ਕਿ ਮੈਂ ਬਹੁਤ ਜ਼ਿਆਦਾ ਓਵਰ ਸਮਾਰਟ ਹਾਂ ਨਾ ਮੈਂ ਗੁੱਡ ਲੁਕਿੰਗ ਹਾਂ ਔਰ ਯੂ ਲੁੱਕ ਲਾਈਕ ਥੈਂਕ ਯੂ ਸੋ ਮਚ ਔਰ ਉਹ ਇਸ ਗੱਲ ਤੋਂ ਚਿੜਦਾ ਹੈ ਕਿ ਜਿਹੜਾ ਸਭ ਤੋਂ ਨਿਕੰਮਾ ਮੁੰਡਾ ਸੀ ਨਾ ਪਿੰਡ ਦਾ ਉਹ ਕੈਨੇਡਾ ਚਲਾ ਗਿਆ ਔਰ ਉਸੇ ਹਾਂ ਉਹ ਚਿੜ ਰਿਹਾ ਕਿ ਉਹ ਬਲੈਤੀ ਭਾਬੀ ਨੂੰ ਵਿਆਹ ਕੇ ਲਿਆ ਜਿਹੜਾ ਮਤਲਬ ਸ਼ੋਅ ਦਾ ਨਾਮ ਹੈ ਬਲੈਤੀ ਭਾਬੀ ਹਾਂ ਤੋਂ ਮਤਲਬ ਇਸ ਗੱਲ ਤੋਂ ਚਿੜ ਰਿਹਾ ਉਹ ਔਰ ਬਸ ਇਸੀ ਗੱਲ ਦੇ ਵਿੱਚ ਉਹ ਸਾਰਾ ਕਸ਼ਮਕਸ਼ ਚੱਲਦੀ ਰਹਿੰਦੀ ਸਾਰਾ ਕੁਛ ਔਰ ਦੁਖੀ ਇਸ ਗੱਲ ਤੋਂ ਕਿ ਜਿਹੜੀ ਮੇਰੀ ਘਰਵਾਲੀ ਹੈ ਨਾ ਤਾਂ ਇਹ ਵੈਸਟਰਨ ਕੱਪੜੇ ਪਾਉਂਦੀ ਹੈ ਨਾ ਇਹਨੂੰ ਬੋਲਣ ਦੀ ਗੱਲ ਹੈ ਔਰ ਹੱਸਦੀ ਵੀ ਜੀ ਸੱਚੀ ਇਦਾਂ ਹੀ ਹੈ ਇਹਨੂੰ ਇਦਾਂ ਲੱਗਦਾ ਦੇਖੋ ਜਦੋਂ ਲੋਕਾਂ ਨੂੰ ਮਤਲਬ ਦੇਖਣਗੇ ਨਾ ਸਾਰਿਆਂ ਨੂੰ ਪਤਾ ਲੱਗੂਗਾ ਮੈਂ ਬਹੁਤ ਸਵੀਟ ਹਾਂ ਬਹੁਤ ਭੋਲੀ ਭਾਲੀ ਜੀ ਕੁੜੀ ਹੁਣ ਪਿੰਡਾਂ 'ਚ ਰਹਿਣ ਵਾਲੀ ਸਵੀਟ ਹੈ ਬਸ ਇਹ ਲੋ ਇਸ ਗੱਲ ਤੋਂ ਚਿੜਦਾ ਇਹਨੂੰ ਬੋਲਣ ਦੀ ਅਕਲ ਨਹੀਂ ਔਰ ਕੱਪੜੇ ਨਾ ਇਹ ਦੇਸੀ ਸੀ ਸੋਹਣੇ ਕੱਪੜੇ ਪਾਏ ਹੋਏ ਨੇ ਸੂਟ 'ਚ ਦੱਸੋ ਕਿਹੜੀ ਕੁੜੀ ਨਹੀਂ ਸੋਹਣੀ ਲੱਗਦੀ ਅਸੀਂ ਵਲੈਤਨ ਨੂੰ ਸੂਟ ਪਵਾਤੇ ਹਾਂ ਇਹ ਸਾਡਾ ਕਨਸੈਪਟ ਹੀ ਇਹ ਹੈ ਨਾ ਕਿ ਮੈਂ ਇਸ ਗੱਲ ਤੋਂ ਜਲਦਾ ਮੇਰਾ ਕਰੈਕਟਰ ਕਿ ਇਹ ਵੈਸਟਰਨ ਨਹੀਂ ਕੱਪੜੇ ਪਾਉਂਦੀ ਇਹ ਦੇਸੀ ਬਣ ਕੇ ਰਹਿੰਦੀ ਹੈ ਮੈਂ ਇੰਗਲਿਸ਼ ਪੰਜਾਬੀ ਬਣ ਕੇ ਰਹਿੰਦੀ ਹੈ ਅੱਛਾ ਮੈਂ ਪੰਜਾਬਣ ਬੋਲਦੀ ਦੇ ਹਾਂ ਉਹ ਕਰੈਕਟਰ ਨੂੰ ਆਪਣੇ ਆਪ ਨੂੰ ਮੈਂ ਦੱਸਿਆ ਨਾ ਤੁਹਾਨੂੰ ਕਿ ਹਾਈ ਫਾਈ ਸਮਝਦਾ ਔਰ ਮੈਂ ਚਾਹੁੰਦਾ ਕਿ ਮੇਰੀ ਵਾਈਫ ਵੀ ਹਾਈ ਫਾਈ ਹੋਵੇ ਅੱਛਾ ਤੂੰ ਹੁਣ ਚੇਂਜ ਤਾਂ ਨਹੀਂ ਕਰ ਸਕਦੇ ਵਾਈਫ ਨਹੀਂ ਹੁਣ ਤਾਂ ਇਹਦੇ ਨਾਲ ਹੀ ਕੱਢਣਾ ਪੈਣਾ ਐਗਜ਼ੈਕਟਲੀ ਅਦਰਵਾਈਜ਼ ਤੁਸੀਂ ਚੰਡੀਗੜ੍ਹ ਤੋਂ ਹਾਂਜੀ ਮੋਹਾਲੀ ਤੋਂ ਪਹਿਲਾਂ ਕੋਈ ਮੂਵੀ ਪ੍ਰੋਜੈਕਟ ਮੂਵੀ ਮੈਮ ਆਈ ਸੀ ਪਹਿਲਾਂ ਕਿਸਮਤ ਆਈ ਸੀ ਐਮ ਵਿਕ ਦੀ ਉਸ ਤੋਂ ਛੜਾ ਆਈ ਸੀ ਔਰ ਪੀਟੀਸੀ ਦੇ ਪ੍ਰੋਜੈਕਟਸ ਕੀਤੇ ਹੈ ਕਿੱਦਾਂ ਤੁਸੀਂ ਆਡੀਸ਼ਨ ਦਿੱਤੇ ਸੀ ਇੱਥੇ ਹਾਂਜੀ ਮੈਂ ਆਡੀਸ਼ਨ ਦੇ ਸੀ ਔਰ ਮੈਂ ਜ਼ੀ ਪੰਜਾਬੀ ਦਾ ਥੈਂਕਸ ਕਰਨਾ ਚਾਹੁੰਦਾ ਕਿਉਂਕਿ ਇੱਕ ਹੁੰਦਾ ਨਾ ਕਿ ਅਸੀਂ ਬੇਸਿਕਲੀ ਥੀਏਟਰ ਆਰਟਿਸਟ ਹਾਂ ਤਾਂ ਥੀਏਟਰ ਆਰਟਿਸਟ ਨੂੰ ਜਲਦੀ ਮੌਕਾ ਨਹੀਂ ਮਿਲਦਾ ਮੌਕਾ ਜਲਦੀ ਨਹੀਂ ਮਿਲਦਾ ਔਰ ਸਾਡੇ ਵਾਸਤੇ ਬਹੁਤ ਅੱਛਾ ਪਲੇਟਫਾਰਮ ਹੈ ਔਰ ਪ੍ਰੋਡਿਊਸਰ ਮੈਮ ਦਾ ਦਾਮਨੀ ਮੈਮ ਔਰ ਰਾਜ ਸਰ ਦਾ ਥੈਂਕਸ ਕਰਨਾ ਚਾਹੁੰਦੇ ਹਾਂ ਬਾਕੀ ਸਾਡੇ ਡਾਇਰੈਕਟਰ ਸਰ ਔਰ ਡੀ ਓ ਪੀ ਸਰ ਸੀ ਨਾ ਜਿਹਨਾਂ ਨੇ ਪਹਿਲੇ 10 ਐਪੀਸੋਡਸ ਬਣਾਏ ਉਹ ਮਤਲਬ ਇੰਨੀ ਅੱਛੀ ਟਿਊਨਿੰਗ ਸੀ ਸਾਡੀ ਬਹੁਤ ਸਾਨੂੰ ਸਭ ਮਜ਼ਾ ਆਇਆ ਕੰਮ ਕਰਕੇ ਹਾਂਜੀ ਤਾਂ ਤੁਹਾਡਾ ਵੀ ਸੇਮ ਐਕਸਪੀਰੀਅੰਸ ਰਿਹਾ ਤੁਸੀਂ ਕਿੱਥੇ ਕਿੱਥੇ ਕੰਮ ਕੀਤਾ ਹੈ ਮੈਂ ਮੂਵੀਜ਼ ਕੀਤੀਆਂ ਨੇ ਰਾਣਾ ਰਣਵੀਰ ਸਰ ਨਾਲ ਕੀਤੀ ਸੀ ਮੈਂ ਅਸੀਸ ਵਧਾਈਆਂ ਜੀ ਵਧਾਈਆਂ ਕਾਫੀ ਮੂਵੀਜ਼ ਕੀਤੀਆਂ ਨੇ ਮੈਂ ਅਤੇ ਇੱਕ ਸੀਰੀਅਲ ਦਾ ਬਿਲਕੁਲ ਅਲੱਗ ਐਕਸਪੀਰੀਅੰਸ ਹੈ ਬਟ ਮੈਨੂੰ ਬਹੁਤ ਮਜ਼ਾ ਆ ਰਿਹਾ ਕਰਕੇ ਇਹਨੂੰ ਕੁਛ ਨਵਾਂ ਟਰਾਈ ਕਰਨਾ ਜੀ ਹਾਂਜੀ ਹਾਂ ਅਸੀਂ ਆਡੀਸ਼ਨਸ ਨਾਲ ਹੀ ਸਿਲੈਕਟ ਹੋਏ ਹੋਏ ਹਾਂ ਮੂਵੀਜ਼ ਸੇ ਯੂ ਨੋ ਐਕਟਿੰਗ ਟੀਵੀ ਇੰਡਸਟਰੀ ਮੇਂ ਆਣਾ ਕਿਤਨਾ ਥੋੜਾ ਸਾ ਡਿਫਰੈਂਟ ਰਹਤਾ ਥੋੜਾ ਡਿਫਰੈਂਟ ਹਾਂ
ਸ਼ੂਟਸ ਬਣਦੇ ਆ ਕਾਫੀ ਲੰਬੀ ਦੇ ਇਹ ਡੇਲੀ ਰੂਟੀਨ ਸ਼ੂਟ ਹੋਣ ਵਾਲਾ ਕੰਮ ਉਹ ਥੋੜਾ ਜਿਹਾ ਲਿਮਿਟਿਡ ਡੇਜ਼ ਹੁੰਦੇ ਨੇ ਬਟ ਥੋੜਾ ਕਿ ਰੁਕ ਰੁਕ ਕੇ ਕੰਮ ਹੁੰਦਾ ਔਰ ਇਹਦੇ ਚ ਛਪ ਹੈਨਾ ਹਾਂ ਡੇਲੀ ਆਣਾ ਹੈ ਆਣਾ ਨਾ ਕਿਉਂਕਿ ਵੈਸੇ ਵੀ ਸਾਡਾ ਮੰਡੇ ਡੋਨਟ ਹੈਵ ਹੌਲੀਡੇਜ਼ ਯੂ نو ਹਾਂ ਔਰ ਸਾਡਾ ਮੰਡੇ ਟੂ ਫਰਾਈਡੇ ਆਣਾ ਤਾਂ ਫਿਰ ਥੋੜਾ ਹੋਰ ਜ਼ਿਆਦਾ ਪ੍ਰੈਸਰਾਈਜ਼ ਹੁੰਦਾ ਸਾਰੇ ਜਣੇ ਠੀਕ ਹੈ ਜੀ ਤੁਸੀਂ ਲੋਹੜੀ ਦੀ ਮੁਬਾਰਕਾਂ ਦੇ ਦਿਓ ਸਾਰੇ ਸ਼ਾਨੀ ਸਾਰੇ ਨੂੰ ਲੋਹੜੀ ਦੇ ਬਹੁਤ ਬਹੁਤ ਮੁਬਾਰਕਾਂ ਜੀ ਸਾਡੀ ਵਲੈਤੀ ਭਾਬੜ ਦੀ ਟੀਮ ਵੱਲੋਂ ਤੇ ਜ਼ਰੂਰ ਵੇਖਿਓ ਜ਼ਰੂਰ ਦੇਖਣਾ ਤੁਸੀਂ ਉਹ ਸੀਰੀਅਲ ਮੈਂ ਪੂਰੀ ਡੈਮ ਸ਼ੋਰ ਹਾਂ ਕਿ ਤੁਹਾਨੂੰ ਉਹ ਸੀਰੀਅਲ ਪਸੰਦ ਆਉਣਾ ਹੀ ਆਉਣਾ ਹੈ ਈਵਨ ਸਾਨੂੰ ਕੰਮ ਕਰਦੇ ਨੂੰ ਇੰਨਾ ਮਜ਼ਾ ਆ ਰਿਹਾ ਤੁਹਾਨੂੰ ਦੇਖ ਕੇ ਬੜਾ ਮਜ਼ਾ ਆਏਗਾ ਅਸੀਂ ਸੀਨ ਰੋਕ ਕੇ ਵਿੱਚੋਂ ਹੱਸਣ ਲੱਗਦੇ ਵੀ ਸਾਲ ਪਰ ਮੈਂ ਸਾਨੂੰ ਹੱਸਣ ਦੋ ਫਿਰ ਕਰਾਂਗੇ ਫਿਰ ਕਰਾਂਗੇ ਅਸੀਂ ਜੀ ਬਹੁਤ ਬਹੁਤ ਮੁਬਾਰਕਬਾਦ ਇਹਨਾਂ ਦੇ ਨਵੇਂ ਸ਼ੋਅ ਲਈ ਜੀ ਪੰਜਾਬੀ ਨੂੰ ਖਾਸ ਕਰਕੇ ਬਹੁਤ ਬਹੁਤ ਔਰ ਸਾਰੇ ਮੀਡੀਆ ਦਾ ਸ਼ੁਕਰਗੁਜ਼ਾਰ ਹਾਂ ਜੀ ਜਿਹੜੇ ਤੁਸੀਂ ਆਪਣਾ ਵੀ ਕੀਮਤੀ ਸਮਾਂ ਕੱਢ ਕੇ ਆਏ ਹੋ ਕਿਉਂਕਿ ਮੀਡੀਆ ਦੇ ਨਾਲ ਹੀ ਆ ਦੁਨੀਆ ਭਰ ਦੇ ਵਿੱਚ ਅੱਜ ਕੱਲ੍ਹ ਇਲੈਕਟ੍ਰੋਨਿਕ ਜਿਹੜੀ ਚੀਜ਼ ਹੈ ਉਹ ਇੱਕਦਮ ਹੀ ਪਹੁੰਚ ਜਾਂਦੀ ਹੈ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਬਹੁਤ ਘੱਟ ਹੁੰਦੇ ਸੀ ਅਖਬਾਰਾਂ ਦਾ ਦੌਰ ਹੁੰਦਾ ਸੀਗਾ ਸੋ ਅਸੀਂ ਰਿਕਾਰਡ ਵੀ ਦੇਖੇ ਨੇ ਸੀਡੀਆਂ ਵੀ ਦੇਖੀਆਂ ਨੇ ਟੇਪਾਂ ਵੀ ਦੇਖੀਆਂ ਨੇ ਤੇ ਅੱਜ ਫੋਨਾਂ ਤੇ ਜਿਹੜਾ ਟਿਕਟੋਕ ਉਹ ਵੀ ਦੇਖੀ ਹੈ ਮੇਰਾ ਖਿਆਲ ਅੱਜ ਕੱਲ੍ਹ ਦੇ ਨਿਆਣਿਆਂ ਦਾ ਟੇਪ ਪੁੱਛ ਲਓ ਕਹਿੰਦੇ ਉਹ ਕੀ ਹੈ ਉਹ ਕਿਆ ਹੈ ਸੋਹਣਾ ਨੂੰ ਬਹੁਤ ਬਹੁਤ ਮੁਬਾਰਕਬਾਦ ਸਮਾਂ ਬਦਲਦਾ ਰਹਿਣਾ ਤੇ ਸਮਾਂ ਬਦਲੀ ਜਾਣਾ ਲੇਕਿਨ ਜੋ ਆਪਣਾ ਵਿਰਸਾ ਮੇਰੀ ਤਾਂ ਹਮੇਸ਼ਾ ਇਹੀ ਬੇਨਤੀ ਹੁੰਦੀ ਹੈ ਰਿਕੁਐਸਟ ਹੁੰਦੀ ਹੈ ਵੀ ਉਹ ਜ਼ਰੂਰ ਸਾਂਭ ਕੇ ਰੱਖਿਆ ਕਰੋ ਸਾਂਭਣਾ ਚਾਹੀਦਾ ਆਪਣੀ ਪੰਜਾਬੀ ਮਾਂ ਬੋਲੀ ਖਾਸ ਕਰਕੇ ਕੋਈ ਵੀ ਤੁਸੀਂ ਲੈਂਗੁਏਜ ਬੋਲਦੇ ਲੈਂਗੁਏਜ ਕੋਈ ਮਾੜੀ ਨਹੀਂ ਸਿੱਖੋ ਸਾਰੀਆਂ ਸਿੱਖੋ ਸਿੱਖਣਾ ਵੀ ਚਾਹੀਦਾ ਲੇਕਿਨ ਵੀ ਨਾ ਪੰਜਾਬੀ ਸਾਡਾ ਫਰਜ਼ ਬਣਦਾ ਅਸੀਂ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰੀਏ ਕਿਉਂਕਿ ਪੰਜਾਬੀ ਮਾਂ ਬੋਲੀ ਕਰਕੇ ਹੀ ਕਈ ਵਾਰ ਆਪਾਂ ਕਹਿ ਦਿੰਦੇ ਵੀ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਮੈਂ ਕੋਈ ਸੇਵਾ ਨਹੀਂ ਕਰਦਾ ਭਾਈ ਸੇਵਾ ਤਾਂ ਪੰਜਾਬੀ ਮਾਂ ਬੋਲੀ ਕਰਦੀ ਹੈ ਜੇ ਪੰਜਾਬੀ ਮਾਂ ਬੋਲੀ ਉਹਦੀ ਜੈਜ਼ ਵੀ ਥੋੜ੍ਹਾ ਹੋਣਾ ਸੀ ਠੀਕ ਹੈ ਨਾ ਸੋ ਜੇ ਗੋਰਿਆਂ ਦੀ ਧਰਤੀ ਤੇ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਸਟਰੀਟ ਦੇ ਉੱਤੇ ਜੈਜ਼ੀ ਵੀ ਦਾ ਨਾਂ ਲਿਖਿਆ ਗਿਆ ਉਹ ਸਿਰਫ ਪੰਜਾਬੀ ਮਾਂ ਬੋਲੀ ਕਰਕੇ ਲਿਖਿਆ ਗਿਆ ਸੋ ਇੱਕ ਵਾਰੀ ਤਾੜੀ ਪੰਜਾਬੀ